ਇਹ ਕੱਲ ਸੁਖਦੀਪ ਸਿੰਘ ਹੋਣੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਸ ਕੱਲ ਸ਼ਾਮ ਨੂੰ 5-6 ਵਜੇ ਆ ਕੇ ਦੱਸਿਆ ਸੀ ਸਾਡੇ ਸੁਬਹ ਸਵੇਰੇ 5 ਵਜੇ ਕਿਤੇ ਦੁੱਧ ਦਾ ਕੰਮ ਕਰ ਰਹੇ ਦੁੱਧ ਦਾ ਪੈਕੇਟ ਲਾਣ ਆਏ ਸੀ ਏਅਰਪੋਰਟ ਤੇ ਤਿੰਨਾਂ ਨਾਮ ਨੂੰ ਦਿੱਤੀ ਆ ਜਿਹਨਾਂ ਦੇ ਉਹਨਾਂ ਨੇ ਸੁਣ ਕੇ ਕਿੰਨੇ ਜਣੇ ਸਰ ਜਿਹਨਾਂ ਨੇ ਸਵੇਰੇ ਨਹੀਂ ਜਾਣੇ ਸੀ ਤੇ ਪਿਸਤੌਲਾਂ ਵੀ ਹੈਗੇ ਸਨ ਦੋ ਵੀਡੀਓ 'ਚ ਦਿਖਦਾ ਆ ਪਿਸਤੌਲ ਹੈ ਜੀ ਅੱਛਾ ਕਿਲੋ ਤੇ ਕਿੰਨੇ ਦੀ ਹੋਈ ਹੈ ਜੋ ਕਿ ਉਹਦੇ ਦੱਸਣ ਮੁਤਾਬਿਕ ਇੱਕ ਕੜਾ ਆ ਸੋਨੇ ਦਾ ਤੇ ਇੱਕ ਬਾਲੀ ਆ ਤੇ 43,000 ਦਾ ਕੁਛ ਹੱਥ ਆਇਆ ਸਰ ਹੁਣ ਤੱਕ ਆਪਾਂ ਕਾਬੂ ਕਰ ਸਕਦੇ ਚੱਲ ਰਿਹਾ ਜੀ ਸਾਡਾ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਵੀ ਲੱਗੀ ਹੋਈ ਹੈ ਸਾਡੀਆਂ ਜੋ ਵੱਖ ਵੱਖ ਕੈਮਰੇ ਤੋਂ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਵੱਟ ਲਈ ਜਾ ਰਹੀ ਹੈ ਕੋਈ ਪਹਿਚਾਣ ਹੁਣ ਤੱਕ ਹੋਈ ਹੈ ਕਿ ਕਿਹੜੇ ਕਿਹੜੇ ਇਲਾਕੇ ਦੇ ਜਲਦੀ ਆਈਡੈਂਟੀਫਾਈ ਕਰ ਲਾਂਗੇ ਤਾਂ ਬਿਲਕੁਲ ਇਹ ਪੁਲਿਸ ਤਿਆਰੀ ਦੇ ਵਿੱਚ ਹੈ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਇਲਾਕੇ ਵਿੱਚ ਭੇਜਿਆ ਜਾਏਗਾ ਤਾਂ 40-45,000 ਦੇ ਵਿੱਚ ਲੁੱਟ ਹੋਈ ਹੈ ਇੱਕ ਸੋਨੇ ਦਾ ਕੜਾ ਇੱਕ ਸੋਨੇ ਦੀ ਵਾਲੀ ਜਿਹੜੀ ਹੈ ਉਹ ਸਵੇਰੇ 5:15 ਵਜੇ ਕੀਤੀ ਜਾਂਦੀ ਹੈ ਇਸ ਭੇਕਾ ਪੌਦੇ ਉੱਤੇ ਜਿਹਦੀ ਜਾਂਚ ਹੁਣ ਪੁਲਿਸ ਨੇ ਦਫ਼ਤਰ ਕਰ ਦਿੱਤੀ ਹੈ ਕੈਮਰਾਮੈਨ ਸਾਹਿਬ ਉਹਦੇ ਲਾਗੇ ਤੋਂ ਖਲੋ ਗਿਆ ਉੱਥੇ ਉਹਨੇ ਤੇ ਐਂ